ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਸ਼ੋਅ ਗੁਰਪ੍ਰੀਤ ਕੌਰ ਵਿੱਚ ਜਿਹਦੇ ਸਪਾਈਸ ਪਾਰਟਨਰ ਨੇ ਜੀ ਡੀਪੀਐਸ ਮਸਾਲੇ ਹੈਲਥ ਪਾਰਟਨਰ ਨੇ ਸਰਦੀ ਹੋਸਪਿਟਲ ਟੈਸਟ ਟਿਊਬ ਬੇਬੀ ਐਂਡ ਇਕਸੀ ਸੈਂਟਰ ਤੇ ਸਾਡੇ ਟਰੈਵਲ ਪਾਰਟਨਰ ਨੇ ਜੀ ਯੰਗ ਅਚੀਵਰਸ ਇਲਾਜ ਲਈ ਸੱਜੋਤ ਹਸਪਤਾਲ ਟੈਸਟ ਟਿਊਬ ਬੇਬੀ ਐਂਡ ਇਕਸੀ ਸੈਂਟਰ ਅਤੇ ਟਰੈਵਲ ਪਾਰਟਨਰ ਨੇ ਯੰਗ ਅਚੀਵਰਸ ਵੀਜ਼ਾ ਕੰਸਲਟੈਂਸੀ ਅਚੀਵ ਯੋਰ ਡ੍ਰੀਮ ਡੈਸਟੀਨੇਸ਼ਨ ਵਿਦ ਅਸ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਦੀਵਾਲੀ ਸਪੈਸ਼ਲ ਐਪੀਸੋਡ ਇਹਦੇ ਵਿੱਚ ਅਸੀਂ ਬਣਾਵਾਂਗੇ ਪਾਲਕ ਪਨੀਰ ਕੋਫਤਾ ਦੀਵਾਲੀ 'ਤੇ ਹਰ ਕੋਈ ਘਰ ਆਪਣੇ ਘਰ ਵੈਜੀਟੇਰੀਅਨ ਫੂਡ ਪਸੰਦ ਕਰਦਾ ਹੈ ਸੋ ਅਸੀਂ ਇਹ ਸ਼ਾਹੀ ਰੈਸਿਪੀ ਜਿਹੜੀ ਆ ਖਾਸ ਕਰਕੇ ਦੀਵਾਲੀ 'ਤੇ ਲੈ ਕੇ ਆਏ ਹਾਂ ਉਮੀਦ ਕਰਦੀ ਹਾਂ ਤੁਸੀਂ ਇਹ ਰੈਸਿਪੀ ਸਿੱਖ ਕੇ ਆਪਣੇ ਘਰ ਦੀਵਾਲੀ 'ਤੇ ਜ਼ਰੂਰ ਬਣਾਓਗੇ ਸੋ ਨੋਟ ਕਰੋ ਇਹਦੇ ਇੰਗਰੀਡੈਂਟਸ ਪਾਲਕ ਪਨੀਰ ਕੋਫਤੇ ਵਾਸਤੇ ਸਭ ਤੋਂ ਪਹਿਲਾਂ ਅਸੀਂ ਕੋਫਤੇ ਬਣਾਉਣੇ ਆ ਕੋਫਤਿਆਂ ਵਾਸਤੇ ਇੰਗਰੀਡੈਂਟ ਨੋਟ ਕਰੋ 500 ਗ੍ਰਾਮ ਪਨੀਰ 100 ਗ੍ਰਾਮ ਖੋਇਆ ਥੋੜ੍ਹੀ ਜਿਹੀ ਬਰੀਕ ਕੱਟੀ ਹੋਈ ਪਾਲਕ ਥੋੜ੍ਹਾ ਜਿਹਾ ਬਰੀਕ ਕੱਟਿਆ ਹੋਇਆ ਧਨੀਆ ਅੱਧਾ ਚਮਚ ਜੀਰਾ ਅੱਧਾ ਚਮਚ ਕਾਲੀ ਮਿਰਚ ਕੁੱਟੀ ਹੋਈ 3 ਵੱਡੇ ਚਮਚ ਕੋਰਨ ਸਟਾਰਚ ਰਿਫਾਈਨਡ ਤੇਲ ਕੋਫਤੇ ਫਰਾਈ ਕਰਨ ਵਾਸਤੇ ਅਤੇ ਥੋੜ੍ਹਾ ਜਿਹਾ ਨਮਕ ਲੈਣਾ ਅਸੀਂ ਇਹਦੇ ਵਿੱਚ ਪਾਉਣ ਵਾਸਤੇ ਪਾਲਕ ਦੀ ਗ੍ਰੇਵੀ ਵਾਸਤੇ ਸਾਨੂੰ 1 ਕਿਲੋ ਪਾਲਕ ਨੂੰ ਬਲਾਂਚ ਕਰਕੇ ਉਹਦੀ ਪਿਊਰੀ ਬਣਾ ਲੈਣੀ ਹੈ 1 ਕੜਛੀ ਦੇਸੀ ਘਿਓ ਖੜੇ ਮਸਾਲੇ ਲੈਣੇ ਆ ਜਿਹਦੇ ਵਿੱਚ ਥੋੜ੍ਹੇ ਜਿਹੇ ਕਾਲੀ ਮਿਰਚ ਦੇ ਦਾਣੇ 2 ਤੇਜ ਪੱਤਰ ਦਾਲਚੀਨੀ ਮੋਟੀ ਇਲਾਚੀ 2-3 ਲਾਲ ਮਿਰਚਾਂ ਥੋੜ੍ਹਾ ਜਿਹਾ ਸਾਬਤ ਜੀਰਾ ਅਤੇ 2 ਲੌਂਗ ਲਸਣ ਅਦਰਕ ਅਤੇ ਹਰੀਆਂ ਮਿਰਚਾਂ ਦੀ ਪੇਸਟ ਬਣਾਉਣੀ ਹੈ 3 ਪਿਆਜ਼ਾਂ ਦੀ ਪੇਸਟ 3-4 ਟਮਾਟਰਾਂ ਨੂੰ ਬਲਾਂਚ ਕਰਕੇ ਉਹਨਾਂ ਦੀ ਵੀ ਪਿਊਰੀ ਬਣਾ ਲੈਣੀ ਹੈ ਲਾਲ ਮਿਰਚ 1 ਚਮਚ ਹਲਦੀ 1 ਚਮਚ ਗਰਮ ਮਸਾਲਾ ਅੱਧਾ ਚਮਚ ਕਸੂਰੀ ਮੇਥੀ 2 ਚਮਚ ਫਰੈਸ਼ ਕਰੀਮ 2 ਵੱਡੇ ਚਮਚ ਅਤੇ ਨਮਕ ਅਸੀਂ ਸਵਾਦ ਅਨੁਸਾਰ ਲੈਣਾ ਸ਼ੁਰੂ ਕਰਦੇ ਹਾਂ ਜੀ ਪਾਲਕ ਪਨੀਰ ਕੋਫਤੇ ਦੀ ਰੈਸਿਪੀ ਸਭ ਤੋਂ ਪਹਿਲਾਂ ਅਸੀਂ ਕੜਾਹੀ ਲੈਣੀ ਕੜਾਹੀ ਦੇ ਵਿੱਚ ਅਸੀਂ ਤੇਲ ਪਾਉਣਾ ਜਿੰਨੀ ਦੇਰ ਤੇਲ ਗਰਮ ਹੁੰਦਾ ਪਿਆ ਅਸੀਂ ਕੋਫਤੇ ਤਿਆਰ ਕਰ ਲੈਣੇ ਉਹਨੀ ਦੇਰ ਸਭ ਤੋਂ ਪਹਿਲਾਂ ਅਸੀਂ ਪਨੀਰ ਨੂੰ ਮੈਸ਼ ਕਰਕੇ ਬਾਕੀ ਸਾਰਾ ਜਿਹੜਾ ਸਮਾਨ ਆ ਉਹ ਵਿੱਚ ਮਿਲਾ ਕੇ ਇਹਦੇ ਕੋਫਤੇ ਬਣਾ ਲੈਣੇ ਫਿਰ ਅਸੀਂ ਇਹਨਾਂ ਨੂੰ ਫਰਾਈ ਕਰ ਲੈਣਾ ਆਪਾਂ ਸਭ ਤੋਂ ਪਹਿਲਾਂ ਅਸੀਂ ਪਨੀਰ ਨੂੰ ਚੰਗੀ ਤਰ੍ਹਾਂ ਮੈਸ਼ ਕਰਨਾ ਪਨੀਰ ਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਫਿਰ ਇਹਦੇ ਵਿੱਚ ਕੱਟੀ ਹੋਈ ਜਿਹੜੀ ਪਾਲਕ ਆ ਉਹ ਪਾ ਲੈਣੀ ਥੋੜਾ ਜਿਹਾ ਅਸੀਂ ਲੂਣ ਪਾਉਣਾ ਇਹਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਕੁੱਟੀ ਹੋਈ ਪਾਉਣੀ ਆ ਹਰਾ ਧਨੀਆ ਪਾਉਣਾ ਅਸੀਂ ਇਹਦੇ ਵਿੱਚ ਖੋਇਆ ਪਾਉਣਾ ਕੋਰਨ ਸਟਾਰਚ ਹੈ ਉਹ ਪਾਉਣਾ ਅਸੀਂ ਉਹਦੇ ਨਾਲ ਜਿਹੜੀ ਹੈ ਕੋਫਤੇ ਆ ਉਹਨਾਂ ਦੀ ਬਾਈਡਿੰਗ ਚੰਗੀ ਤਰ੍ਹਾਂ ਹੋ ਜਾਏਗੀ ਅਸੀਂ ਕੋਰਨ ਸਟਾਰਚ ਪਾਉਣ ਲੱਗੇ ਹਾਂ ਵਿੱਚ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੇ ਸਾਨੂੰ ਲੱਗੇ ਕਿ ਇਹਦੇ ਵਿੱਚ ਕੋਰਨ ਸਟਾਰਚ ਘੱਟ ਹੈ ਤਾਂ ਫਿਰ ਅਸੀਂ ਥੋੜ੍ਹਾ ਜਿਹਾ ਹੋਰ ਪਾ ਲੈਣਾ ਪਾ ਕੇ ਅਸੀਂ ਇਹਨਾਂ ਦੀਆਂ ਬੋਲਸ ਬਣਾ ਲੈਣੀਆਂ ਤੇਲ ਵੀ ਸਾਡਾ ਗਰਮ ਹੋ ਚੱਲਿਆ ਬਸ ਅਸੀਂ ਫਟਾਫਟ ਇਹਦੇ ਕੋਫਤੇ ਬਣਾ ਲੈਣੇ ਆ ਤੇ ਨਾਲ ਹੀ ਅਸੀਂ ਇਹਨਾਂ ਨੂੰ ਫਰਾਈ ਕਰ ਲੈਣਾ ਮਿਕਸ ਕਰ ਲਿਆ ਹੋਇਆ ਸੀ ਪਨੀਰ ਨੂੰ ਤੇ ਪਾਲਕ ਨੂੰ ਹੁਣ ਅਸੀਂ ਇਹਦੇ ਕੋਫਤੇ ਬਣਾਉਣੇ ਆ ਇੱਕ ਪਲੇਟ ਵਿੱਚ ਅਸੀਂ ਕੋਫਤੇ ਰੱਖੀ ਜਾਣੇ ਆ ਬਣਾ ਬਣਾ ਕੇ ਕੋਫਤੇ ਸਾਡੇ ਬਣ ਗਏ ਹੋਏ ਆ ਹੁਣ ਅਸੀਂ ਇਹਨਾਂ ਨੂੰ ਤਲਣਾ ਹੈ ਕੜਾਹੀ ਦੇ ਵਿੱਚ ਪਾ ਕੇ ਇੱਕ ਇੱਕ ਕਰਕੇ ਕੋਫਤੇ ਅਸੀਂ ਸਾਰੇ ਜਿਹੜੇ ਆ ਕੜਾਹੀ 'ਚ ਪਾ ਲੈਣੇ ਆ ਕੋਫਤੇ ਪਾ ਕੇ ਅਸੀਂ ਇੱਕਦਮ ਨਹੀਂ ਖਾਉਣਾ ਕਿਉਂਕਿ ਪਨੀਰ ਦੇ ਕੋਫਤੇ ਆ ਜੇ ਅਸੀਂ ਇਹਨਾਂ ਨੂੰ ਕੱਚਿਆਂ ਨੂੰ ਹਿਲਾ ਦਾਂਗੇ ਤੇ ਖੁੱਲ ਜਾਣੇ ਆ ਉਹ ਥੋੜ੍ਹੀ ਕਿ ਦੇਰ ਅਸੀਂ ਵੇਟ ਕਰਨੀ ਆ ਕਿ ਪਨੀਰ ਜਿਹੜਾ ਵਾ ਤੇਲ 'ਚ ਥੋੜ੍ਹਾ ਤਲਿਆ ਜਾਵੇ ਫਿਰ ਅਸੀਂ ਇਹਨਾਂ ਨੂੰ ਹਿਲਾਉਣਾ
ਕੋਫਤੇ ਹੁਣ ਸਾਡੇ ਪੂਰੇ ਹੋਣੇ ਸ਼ੁਰੂ ਹੋ ਗਏ ਆ। ਜਦੋਂ ਇਹ ਪੂਰੀ ਤਰ੍ਹਾਂ ਇਸ ਰੰਗ ਵਿੱਚ ਆ ਜਾਣਗੇ ਫਿਰ ਅਸੀਂ ਇਹਨਾਂ ਨੂੰ ਕੱਢ ਲੈਣਾ ਸਾਰਿਆਂ। ਕੋਫਤੇ ਹੁਣ ਬਿਲਕੁਲ ਚੰਗੀ ਤਰ੍ਹਾਂ ਤਲੇ ਗਏ ਹੋਏ ਆ, ਹੁਣ ਅਸੀਂ ਇਹਨਾਂ ਨੂੰ ਕੱਢ ਲੈਣਾ ਥਾਲੀ ਵਿੱਚ। ਇਹਨਾਂ ਦਾ ਰੰਗ ਜਿਹੜਾ ਉਹ ਬਹੁਤ ਸੋਹਣਾ ਆ ਗਿਆ ਹੋਇਆ। ਕੋਫਤੇ ਬਣ ਕੇ ਬਿਲਕੁਲ ਤਿਆਰ ਹੈਗੇ ਆ, ਹੁਣ ਅਸੀਂ ਦੂਜੀ ਕੜਾਹੀ ਲੈ ਕੇ ਉਹ 'ਚ ਤੜਕੇ ਦੀ ਤਿਆਰੀ ਕਰਨੀ ਹੈ। ਕੜਾਹੀ ਦੇ ਵਿੱਚ ਹੁਣ ਅਸੀਂ ਦੇਸੀ ਘਿਓ ਪਾਉਣਾ। ਜਦੋਂ ਘਿਓ ਗਰਮ ਹੋ ਜਾਏਗਾ ਤੇ ਅਸੀਂ ਇਹਦੇ ਵਿੱਚ ਖੜੇ ਮਸਾਲੇ ਪਾਉਣੇ। ਥੋੜਾ ਜਿਹਾ ਹੁਣ ਗਰਮ ਹੋ ਗਿਆ ਘਿਓ, ਸਭ ਤੋਂ ਪਹਿਲਾਂ ਅਸੀਂ ਜੀਰਾ ਪਾਉਣਾ। ਤੇਜ ਪੱਤਰ ਪਾਉਣੇ ਆ, ਦੋ ਤਿੰਨ ਅਸੀਂ ਸਾਬਤ ਲਾਲ ਮਿਰਚਾਂ ਪਾਉਣੀਆਂ, ਦਾਲਚੀਨੀ ਪਾਉਣੀ ਹੈ ਇੱਕ ਟੁਕੜਾ, ਦੋ ਕੁ ਲੌਂਗ ਤੇ ਪੰਜ ਸੱਤ ਕਾਲੀ ਮਿਰਚ ਦੇ ਜਿਹੜੇ ਦਾਣੇ ਆ ਉਹ ਪਾਉਣੇ ਆ, ਮੋਟੀ ਇਲਾਚੀ ਪਾਉਣੀ ਆ, ਖੜੇ ਮਸਾਲੇ ਪਾਉਣ ਤੋਂ ਬਾਅਦ ਨਾਲ ਹੀ ਅਸੀਂ ਲਸਣ ਅਦਰਕ ਤੇ ਹਰੀਆਂ ਮਿਰਚਾਂ ਦੀ ਪੇਸਟ ਬਣਾ ਕੇ ਰੱਖੀ ਹੋਈ ਆ ਉਹ ਪਾਉਣੀ ਆ। ਜਦੋਂ ਲਸਣ ਥੋੜਾ ਜਿਹਾ ਭੁੱਜ ਜੇ ਫਿਰ ਅਸੀਂ ਪਿਆਜ਼ਾਂ ਦੀ ਪੇਸਟ ਜਿਹੜੀ ਬਣਾਈ ਹੋਈ ਆ ਉਹ ਪਾ ਦੇਣੀ ਹੈ। ਪਿਆਜ ਪਾ ਕੇ ਅਸੀਂ ਇਹਨਾਂ ਨੂੰ 5-7 ਮਿੰਟ ਅਸੀਂ ਭੁੰਨਣਾ ਹੈ। ਜਦੋਂ ਇਹ ਬਰਾਊਨ ਹੋ ਜਾਣ ਫਿਰ ਅਸੀਂ ਇਹਦੇ ਵਿੱਚ ਟਮਾਟਰਾਂ ਦੀ ਪੇਸਟ ਪਾਉਣੀ। ਪਿਆਜ ਹੁਣ ਭੁੱਜ ਗਏ ਹੋਏ ਆ ਚੰਗੀ ਤਰ੍ਹਾਂ, ਹੁਣ ਅਸੀਂ ਟਮਾਟਰਾਂ ਦੀ ਜਿਹੜੀ ਪੇਸਟ ਬਣਾ ਕੇ ਰੱਖੀ ਹੋਈ ਆ ਉਹ ਪਾਉਣੀ ਹੈ। ਟਮਾਟਰ ਭੁੱਜ ਗਏ ਹੋਏ ਆ ਚੰਗੀ ਤਰ੍ਹਾਂ, ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾਉਣ ਲੱਗੇ ਹਾਂ। ਸਭ ਤੋਂ ਪਹਿਲਾਂ ਅਸੀਂ ਹਲਦੀ ਪਾਉਣੀ ਹੈ, ਹਲਦੀ ਮੈਂ DPSC ਵਰਤਦੀ ਹਾਂ ਕਿਉਂਕਿ ਪਿਓਰ ਅਤੇ ਨੈਚੁਰਲ ਹੁੰਦੇ ਨੇ, ਸੋ ਇਹ ਮਸਾਲੇ ਜਿਹੜੇ ਆ ਬਹੁਤ ਘੱਟ ਕੁਆਂਟਿਟੀ ਵਿੱਚ ਲੱਗਦੇ। ਲਾਲ ਮਿਰਚ, ਥੋੜਾ ਜਿਹਾ ਧਨੀਆ ਪਾਊਡਰ ਪਾਉਣਾ ਅਸੀਂ ਨਾਲ, ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਹੋਇਆ, ਇਹਨੇ ਘਿਓ ਵੀ ਛੱਡਤਾ। ਹੁਣ ਅਸੀਂ ਜਿਹੜੀ ਪਾਲਕ ਆ ਜਿਹੜੀ ਅਸੀਂ ਪਿਊਰੀ ਬਣਾ ਕੇ ਰੱਖੀ ਹੋਈ ਹੈ ਪਾਲਕ ਦੀ ਉਹ ਪਾ ਦੇਣੀ ਇਹਦੇ ਵਿੱਚ। Thank you.
ਭੁੱਜਗੀ ਹੋਈ ਆ। ਹੁਣ ਇਹਦੇ ਵਿੱਚ ਮੈਂ ਕਸੂਰੀ ਮੇਥੀ ਪਾਉਣ ਲੱਗੀ ਹਾਂ। ਕਸੂਰੀ ਮੇਥੀ ਵੀ ਮੈਂ DPS ਦੀ ਵਰਤੀ ਹਾਂ। ਇਹ ਮਸਾਲੇ ਜਿਹੜੇ DPS ਦੇ ਆ ਸਾਰੇ ਸਾਨੂੰ ਆਸਾਨੀ ਦੇ ਨਾਲ ਐਮਾਜ਼ੋਨ ਅਤੇ ਫਲਿੱਪਕਾਰਟ ਤੋਂ ਮਿਲ ਜਾਂਦੇ ਆ, ਤੁਸੀਂ ਮੰਗਵਾ ਸਕਦੇ ਹੋ ਇਹਨਾਂ ਨੂੰ ਔਨਲਾਈਨ। ਹੁਣ ਨਾਲ ਹੀ ਅਸੀਂ ਇਹਦੇ ਵਿੱਚ ਕੋਫਤੇ ਪਾ ਦੇਣੇ ਆ ਤਾਂ ਕਿ ਕੋਫਤੇ ਵੀ ਜਿਹੜੇ ਸਾਡੇ ਭੁੱਜ ਜਾਣ ਚੰਗੀ ਤਰ੍ਹਾਂ। ਕੋਫਤੇ ਜਿਹੜੇ ਆ ਬਣ ਕੇ ਬਿਲਕੁਲ ਤਿਆਰ ਹੋ ਗਿਆ। ਹੁਣ ਅਸੀਂ ਅਖੀਰ ਦੇ ਉੱਤੇ ਇਹਦੇ ਵਿੱਚ ਫਰੈਸ਼ ਗ੍ਰੀਨ ਅਤੇ ਧਨੀਆ ਪਾਉਣਾ। ਪਾਲਕ ਪਨੀਰ ਕੋਫਤਾ ਬਣ ਕੇ ਤਿਆਰ ਆ। ਹੁਣ ਅਸੀਂ ਇਹਨੂੰ ਸਰਵ ਕਰਦੇ ਹਾਂ ਜੀ। ਇਸੇ ਤਰ੍ਹਾਂ ਦੀਆਂ ਹੋਰ ਵੀ ਰੈਸਿਪੀਜ਼ ਦੇ ਲਈ ਜੁੜੇ ਰਹੋ ਸਾਡੇ ਸ਼ੋਅ ਕੁੱਕ ਵਿਦ ਕੌਰ ਦੇ ਨਾਲ, ਜਿਹਦੇ ਸਪਾਈਸ ਪਾਰਟਨਰ ਨੇ DPS ਮਸਾਲੇ, ਹੈਲਥ ਪਾਰਟਨਰ ਨੇ ਸਤਜੋਤ ਹੋਸਪਿਟਲ ਟੈਸਟ ਟਿਊਬ ਬੇਬੀ ਐਂਡ ਐਕਸੀ ਸੈਂਟਰ, ਤੇ ਸਾਡੇ ਟ੍ਰੈਵਲ ਪਾਰਟਨਰ ਨੇ ਜੀ ਯੰਗ ਅਚੀਵਰਸ ਵੀਜ਼ਾ ਕੰਸਲਟੈਂਸੀ। ਤੇ ਜਾਂਦੇ ਜਾਂਦੇ ਵਿਊਅਰਸ ਲਈ ਇੱਕ ਸਵਾਲ, ਰੈਸਿਪੀ ਵਿੱਚ ਸ਼ੈਫ ਗੁਰਪ੍ਰੀਤ ਨੇ ਕੁੱਲ ਕਿੰਨੇ ਮਸਾਲੇ ਇਸਤੇਮਾਲ ਕੀਤੇ ਹਨ? ਸਵਾਲ ਦਾ ਜਵਾਬ ਮੇਲ ਕਰੋ ਇਸ ਪਤੇ ਉੱਪਰ cookwithkaur@yahoo.com। ਸਹੀ ਜਵਾਬ ਦੇਣ ਵਾਲੇ ਇੱਕ ਲੱਕੀ ਵਿਜੇਤਾ ਨੂੰ ਮਿਲੇਗਾ ਯੰਗ ਅਚੀਵਰਸ ਵੀਜ਼ਾ ਕੰਸਲਟੈਂਸੀ ਵੱਲੋਂ। ਬਿਨਾਂ ਕਿਸੇ ਕੰਸਲਟੈਂਸੀ ਫੀਸ ਦੇ ਕੈਨੇਡਾ ਅਤੇ USA ਲਈ ਟੂਰਿਸਟ ਵੀਜ਼ਾ ਹਾਸਲ ਕਰਨ ਦਾ ਸੁਨਹਿਰੀ ਮੌਕਾ। ਜੇਕਰ ਤੁਸੀਂ ਵੀ ਆਪਣੀ ਰੈਸਿਪੀ ਨੂੰ ਸਾਡੇ ਸ਼ੋਅ ਉੱਪਰ ਦਿਖਾਉਣਾ ਚਾਹੁੰਦੇ ਹੋ ਤਾਂ ਮੇਲ ਕਰੋ ਆਪਣੀ ਰੈਸਿਪੀ cookwithkaur@yahoo.com ਉੱਪਰ, ਤੇ ਤੁਸੀਂ ਜਿੱਤ ਸਕਦੇ ਹੋ ਸਤਜੋਤ ਹਾਸਪਿਟਲ ਟੈਸਟ ਟਿਊਬ ਬੇਬੀ ਐਂਡ ਇਕਸੀ ਸੈਂਟਰ ਵੱਲੋਂ ਸਪੈਸ਼ਲ ਹੈਲਦੀ ਗਿਫਟ ਹੈਂਪਰ। ਰੋਬਿਨ ਚੀਮਾ ਪ੍ਰੈਜ਼ੈਂਟਸ ਕੁੱਕ ਵਿਦ ਕੌਰ। ਸਾਡੇ ਸਪਾਈਸ ਪਾਰਟਨਰ ਨੇ DPS ਸਪਾਈਸਿਸ, ਅ ਮਾਉਥ ਵਾਟਰਿੰਗ ਬਲੈਂਡ। ਹੈਲਥ ਪਾਰਟਨਰ ਨੇ ਬੇਔਲਾਦਪਨ ਦੇ ਇਲਾਜ ਲਈ ਸਤਜੋਤ ਹਾਸਪਿਟਲ ਟੈਸਟ ਟਿਊਬ ਬੇਬੀ ਐਂਡ ਇਕਸੀ ਸੈਂਟਰ, ਅਤੇ ਟ੍ਰੈਵਲ ਪਾਰਟਨਰ ਨੇ ਯੰਗ ਅਚੀਵਰਸ ਵੀਜ਼ਾ ਕੰਸਲਟੈਂਸੀ। ਅਚੀਵ ਯੋਰ ਡ੍ਰੀਮ ਡੈਸਟੀਨੇਸ਼ਨ ਵਿਦ ਅਸ।